ਮੇਰੀ ਗੱਲ ਸਰਦਾਰ ਜੱਸਾ ਸਿੰਘ ਕਿਸਾਨ ਆਗੂ ਨਾਲ ਹੋ ਰਹੀ ਹੈ? ਹਾਂਜੀ 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 ਭਾਜੀ ਹਰਪ੍ਰੀਤ ਸਿੰਘ ਮਖੂ ਬੋਲ ਰਿਹਾ, ਮੋਰਚੇ ਚੋਂ ਹੀ ਬੋਲ ਰਹੇ ਹੋ? ਹਾਂਜੀ ਮਖੂ ਸਾਹਿਬ, ਸ਼ੰਭੂ ਮੋਰਚੇ ਤੋਂ ਬੋਲ ਰਿਹਾ ਜੀ। ਸ਼ੰਭੂ ਮੋਰਚੇ ਤੋਂ? ਭਾਜੀ ਮੇਰੇ ਹਾਂਜੀ ਤੱਕ ਇਹ ਖਬਰ ਆਈ ਹੈ ਵੀ ਅੱਜ ਸਵੇਰੇ ਕੋਈ ਨੌਜਵਾਨ ਦੀ ਮੌਤ ਹੋਈ ਹੈ, ਤੇ ਮੈਂ ਹਾਂਜੀ ਪੂਰੀ ਜਾਣਕਾਰੀ ਲੈਣੀ ਚਾਹੁੰਦਾ ਵੀ ਉਹ ਕੀ ਹੋਇਆ, ਕੀ ਇਹ ਗੋਲੀ ਦੇ ਨਾਲ ਕੋਈ ਮੌਤ ਹੋਈ ਹੈ ਸ਼ੰਭੂ ਮੋਰਚੇ ਤੇ ਜਾਂ ਕੋਈ ਐਕਸੀਡੈਂਟ ਹੋਇਆ ਆ? ਦੇਖੋ ਜੀ, ਇਹ ਨਾ ਨੌਜਵਾਨ ਹੈਗਾ ਜ਼ਿਲ੍ਹਾ ਫਿਰੋਜ਼ਪੁਰ ਦਾ, ਹਾਂ ਤਹਿਸੀਲ ਜੀਰਾ, ਹਾਂ ਪਿੰਡ ਮਨਸੂਰ ਦੇਵਾ ਆ। ਨੌਜਵਾਨ ਦਾ ਨਾਂ ਗੁਰਜੰਟ ਸਿੰਘ ਆ, ਅੱਛਾ 35 ਸਾਲ ਉਮਰ ਹੈ ਉਹਦੀ। ਪਿਤਾ ਦਾ ਨਾਂ ਨਛੱਤਰ ਸਿੰਘ ਆ ਹਾਂ ਤੇ ਪਿਤਾ ਦੀ ਵੀ ਉਹਨਾਂ ਦੀ ਡੈਥ ਹੋਈ ਹੋਈ ਆ। ਓਕੇ ਤੇ ਬਿਲਕੁਲ ਗਰੀਬ ਪਰਿਵਾਰ ਦਾ ਬੱਚਾ ਆ, ਤੇ ਇਹ ਦੋ ਬੱਚੇ ਨੇ ਉਹਦੇ ਕੋਲ, ਗੁੱਡੀ ਕਾਕਾ ਹਾਂ ਹਾਂ ਤੇ ਇੱਕ ਸਿਸਟਰ, ਉਹਦੀ ਮੈਰਿਜ ਹੋਈ ਹੋਈ ਆ। ਓਕੇ ਤੇ ਇਹ ਜੀਰੇ ਤੋਂ ਯਾਨੀ ਕਿ ਕੱਲ ਤੁਰੇ ਸੀਗੇ। ਕੱਲ ਇਹ ਸ਼ਾਮੀ ਤੁਰੇ ਸੀ? ਹਾਂਜੀ ਹਾਂਜੀ, ਸ਼ਾਮੀ ਤੁਰੇ ਸੀਗੇ ਪਿੰਡ ਦੀ ਇਕਾਈ ਵੱਲੋਂ ਹੀ, ਸਿੱਧੂਪੁਰ ਜਥੇਬੰਦੀ ਦੀ। ਠੀਕ ਹੈ। ਹਾਂਜੀ, ਤੇ ਉਹ ਉੱਥੋਂ ਤੁਰੇ ਸੀਗੇ ਜਦੋਂ, ਤੇ ਸੁਬਾ ਰਾਜਪੁਰੇ ਤੋਂ ਸਰਹੰਦ ਰੋਡ ਤੇ 7-8 ਕਿਲੋਮੀਟਰ ਬੈਕ ਸਾਈਡ, ਸਰਹੰਦ ਤੋਂ ਅੱਗੇ ਤੇ ਰਾਜਪੁਰੇ ਤੋਂ ਪਿੱਛੇ, ਪਿੱਛੇ ਜੀ 7-8 ਕਿਲੋਮੀਟਰ, ਉਹ ਜਿਹੜਾ ਵੀਰ ਟਰੈਕਟਰ ਚਲਾ ਰਿਹਾ ਸੀ ਮੁੰਡਾ, ਉਹਦੇ ਦੱਸਣ ਮੁਤਾਬਕ ਉਹ ਕਹਿੰਦਾ ਵੀ ਪਿੱਛੋਂ ਕੈਂਟਰ ਆਇਆ, ਕੈਂਟਰ ਵਾਲੇ ਨੇ ਟੱਕਰ ਮਾਰੀ ਆ, ਤੇ ਟਰੈਕਟਰ ਦਾ ਅਗਲਾ ਜਿਹੜਾ ਛੋਟਾ ਟਾਇਰ ਉਹ ਟੁੱਟ ਕੇ ਤੇ ਟਰੈਕਟਰ ਖਤਾਨਾ ਚ ਡਿੱਗਾ, ਤੇ ਮੁੰਡੇ ਦੇ ਉੱਪਰੋਂ ਟਰੈਕਟਰ ਲੰਘ ਗਿਆ। ਅੱਛਾ। ਉਹ ਮਗਰਾੜ ਤੇ ਬੈਠਾ ਹੋਇਆ ਸੀ, ਦੂਜੇ ਮੁੰਡੇ ਟਰਾਲੀ ਚ ਸੁੱਤੇ ਹੋਏ ਸੀਗੇ। ਹਾਂ ਹਾਂਜੀ, ਤੇ ਉਹਦੇ ਟਰੈਕਟਰ ਉੱਪਰ ਲੰਘਣ ਕਾਰਨ ਯਾਨੀ ਕਿ ਸੱਟਾਂ ਕਾਫੀ ਲੱਗ ਗਈਆਂ ਸੀਗੀਆਂ। ਉਹਨਾਂ ਨੇ ਕਾਫੀ ਕੌਲਾਂ ਕੀਤੀਆਂ, ਐਂਬੂਲੈਂਸ ਆ ਜੇ ਜਾਂ ਪ੍ਰਸ਼ਾਸਨ ਆ ਜੇ, ਘੰਟਾ ਡੇਢ ਨੌਜਵਾਨ ਮੁੰਡਾ 35 ਸਾਲ ਏਜ ਹੈ ਉਹਦੀ, ਇੱਥੇ ਪਿਆ ਰਿਹਾ, ਕੋਈ ਐਂਬੂਲੈਂਸ ਨਹੀਂ ਪਹੁੰਚੀ, ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ। ਜਦੋਂ ਐਂਬੂਲੈਂਸ ਆਈ ਆ, ਉਸ ਤੋਂ ਬਾਅਦ ਜਿਹੜਾ ਆਪਣੇ ਰਾਜਪੁਰੇ ਹਸਪੀਟਲ ਲੈ ਗਿਆ ਸਰਕਾਰੀ, ਉਦੋਂ 10 ਮਿੰਟ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ। ਅੱਛਾ, ਜਦੋਂ ਸਰਕਾਰੀ ਹਸਪੀਟਲ ਲੈ ਕੇ ਗਿਆ ਉਦੋਂ ਮੁੰਡਾ ਜਿਉਂਦਾ ਸੀ? ਹਾਂਜੀ ਹਾਂਜੀ, ਉਤੋਂ ਸਾਹ ਆਉਂਦੇ ਸੀਗੇ। ਮੈਨੂੰ ਇੱਕ ਜਾਣਕਾਰੀ ਦਿਓ, ਕੱਲ ਸ਼ਾਮੀ ਚੱਲੇ ਆ ਤੇ ਇਹ ਆਪਣੇ ਮੋਰਚੇ ਵਿੱਚ ਹੀ ਆ ਰਹੇ ਸੀ, ਸ਼ੰਭੂ ਮੋਰਚੇ 'ਚ ਹੀ? ਹਾਂਜੀ ਹਾਂਜੀ, ਸ਼ੰਭੂ ਮੋਰਚੇ 'ਚ ਆ ਰਹੇ ਸੀ, ਤੜਕੇ 5 ਤੇ 6 ਵਜੇ ਦੇ ਵਿਚਕਾਰ ਜਿਹੜਾ ਇਹਨਾਂ ਦਾ ਐਕਸੀਡੈਂਟ ਹੋਇਆ, ਪਿੱਛੋਂ ਟਰੱਕ ਮਾਰਿਆ ਕਿਸੇ ਨੇ। ਕਿੰਨੇ ਨੌਜਵਾਨ ਆ ਰਹੇ ਸੀ? ਇਹ 7 ਤੋਂ 8 ਨੌਜਵਾਨ ਸੀਗੇ, ਤੇ ਹੁਣ ਕੋਸ਼ਿਸ਼ ਕਰਦੇ ਆ ਨੰਬਰ ਟਰੇਸ ਕਰਨ ਦੀ ਕੈਮਰਿਆਂ ਦਾ। ਬਿਲਕੁਲ, ਮੈਂ ਜਾਣਕਾਰੀ ਲੈ ਰਿਹਾ ਕਿਉਂਕਿ ਦਰਸ਼ਕਾਂ ਤੱਕ ਇਹ ਜਾਣਕਾਰੀ ਮੁਹੱਈਆ ਕਰਵਾਉਣੀ ਹੈ, ਕਿਉਂਕਿ ਕਈਆਂ ਦੇ ਮਨ ਦੇ ਵਿੱਚ ਸ਼ਾਇਦ ਪੁਲਿਸ ਦੀ ਗੋਲੀ ਦੇ ਨਾਲ ਸ਼ੰਭੂ ਮੋਰਚੇ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ, ਤੇ ਮੈਂ ਚਾਹੁੰਦਾ ਵੀ ਇਹ ਗੱਲ ਕਲੈਰਿਟੀ ਹੋਣੀ ਚਾਹੀਦੀ ਹੈ ਵੀ ਉੱਥੇ ਕਿਸੇ ਦੀ ਗੋਲੀ ਦੇ ਨਾਲ ਉਹ ਨੌਜਵਾਨ ਨਹੀਂ ਮਰਿਆ, ਵੀ ਉਹਦੀ ਜਿਹੜੀ ਡੈਥ ਹੋਈ ਹੈ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ। ਤੇ ਇੱਕ ਜਾਣਕਾਰੀ ਹੋਰ ਦਿਓ, ਜਿਹੜੇ ਬਾਕੀ ਨੌਜਵਾਨ ਨੇ ਉਹ ਟਰਾਲੀ ਦੇ ਵਿੱਚ ਸੀ ਤੇ ਜਦੋਂ ਟਰੈਕਟਰ ਟਰਾਲੀ ਖਤਾਨਾ ਦੇ ਵਿੱਚ ਚਲਾ ਗਿਆ, ਤੇ ਇੱਕ ਦੀ ਹੀ ਡੈਥ ਹੋਈ ਹੈ, ਬਾਕੀਆਂ ਦਾ ਬਚਾਅ ਹੈ ਕਿ ਸੱਟਾਂ ਲੱਗੀਆਂ ਨੇ? ਨਹੀਂ ਜੀ, ਬਾਕੀਆਂ ਦਾ ਬਿਲਕੁਲ ਬਚਾਅ ਆ, ਟਰੈਕਟਰ ਦਾ ਡਰਾਈਵਰ ਆ ਉਹਦਾ ਵੀ ਬਚਾਅ ਆ। ਇਹ ਲੜਕਾ ਜਿਹੜਾ ਮਗਰਾੜ ਤੇ ਟਰੈਕਟਰ ਦੀ ਇੱਕ ਸਾਈਡ ਤੇ ਬੈਠਾ ਸੀਗਾ, ਹਾਂ ਜਿਹੜੀ ਸਾਈਡ ਤੇ ਬੈਠਾ ਸੀਗਾ ਉਸ ਸਾਈਡ ਦਾ ਅਗਲਾ ਟਰੈਕਟਰ ਜਿਹੜਾ ਅਗਲਾ ਟਾਇਰ ਟੁੱਟ ਗਏ ਖਤਾਨਾ ਚ ਜਾ ਡਿੱਗਿਆ, ਟਰੈਕਟਰ ਜਿਹੜਾ ਪਲਟੀ ਮਾਰ ਗਿਆ ਜੀ, ਤੇ ਉਹ ਜਦੋਂ ਝਟਕਾ ਲੱਗਣ ਕਾਰਨ ਮੁੰਡਾ ਥੱਲੇ ਡਿੱਗਿਆ, ਉੱਪਰੋਂ ਵੱਡਾ ਟਾਇਰ ਲੰਘ ਗਿਆ, ਉਹਦੇ ਕਾਰਨ ਉਹਨਾਂ ਦੀ ਜਿਹੜੀ ਸੱਟ ਕਾਫੀ ਲੱਗਣ ਕਰਕੇ ਤੇ ਉਹਨਾਂ ਦੀ ਡੈਥ ਹੋ ਗਈ। ਤੇ ਉਹਦੀ ਡੈਡ ਬੋਡੀ ਮੋਰਚੇ ਵਿੱਚ ਲੈ ਕੇ ਆ ਗਏ ਹੋ, ਸ਼ੰਭੂ ਮੋਰਚੇ ਵਿੱਚ ਜਾਂ ਕਿੱਥੇ? ਨਹੀਂ ਜੀ, ਉਹਨਾਂ ਦੀ ਡੈਡ ਬੋਡੀ ਇਸ ਟਾਈਮ ਰਾਜਪੁਰੇ ਸਰਕਾਰੀ ਹਸਪੀਟਲ ਹੈ, ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਆ ਰਹੇ ਅੱਧੇ ਘੰਟੇ ਤੱਕ, ਖਨੌਰੀ ਬਾਰਡਰ ਉਹਨਾਂ ਦੀ ਡਿਊਟੀ ਸੀਗੀ ਜਿਹੜਾ ਗੋਲੀ ਕਾਂਡ ਹੋਇਆ ਉਹਦੇ ਨੂੰ ਦੇਖਦੇ ਹੋਏ, ਕਿਉਂਕਿ ਉੱਥੇ ਆਗੂ ਨਾ ਹੋਣ ਕਰਕੇ ਜਿਹੜਾ ਨੌਜਵਾਨਾਂ ਵੱਲੋਂ ਅੱਗੇ ਵਧਣਾ
ਜਿਹੜਾ ਕਿਤੇ ਨਾ ਕਿਤੇ ਜੇ ਆਗੂ ਹੁੰਦਾ ਸਮਝਾਉਂਦਾ ਉਹਨਾਂ ਨੂੰ, ਜਿਵੇਂ ਇੱਥੇ ਸਮਝਾ ਕੇ ਰੋਕਿਆ ਗਿਆ, ਕਿਉਂਕਿ ਡੱਲੇਵਾਲ ਸਾਹਿਬ ਇਹ ਨਹੀਂ ਚਾਹੁੰਦੇ ਕਿਸੇ ਨੌਜਵਾਨ ਮਾਂ ਦੇ ਪੁੱਤ ਦੀ ਮੌਤ ਬਿਨਾਂ ਵਜ੍ਹਾ ਤੋਂ ਹੋਵੇ, ਕਿਉਂਕਿ ਘਰੇ ਮਾਂ ਬਾਪ ਦੇ ਪੁੱਤ ਜੀ ਹੁੰਦੇ ਨੇ, ਇੱਥੇ ਜਥੇਬੰਦੀਆਂ ਦੇ ਪੁੱਤ ਮੈਂ ਹੁੰਦੇ ਨੇ। ਬਿਲਕੁਲ ਜੀ, ਸਾਰੇ ਹੈ ਪੰਜਾਬ ਦੇ ਪੁੱਤ ਨੇ, ਉਹ ਭਾਵੇਂ ਕਿਸਾਨ ਹਾਂਜੀ ਹੋਵੇ, ਮਜ਼ਦੂਰ ਹੋਵੇ, ਕੋਈ ਵੀ ਹੋਵੇ। ਇੱਕ ਹਾਂਜੀ ਜਾਣਕਾਰੀ ਹੋਰ ਮੁਹੱਈਆ ਕਰਵਾਓ, ਇਸ ਵੇਲੇ ਡੈਡ ਬੋਡੀ ਜਿਹੜੀ ਹੈ ਰਾਜਪੁਰਾ ਸਿਵਲ ਹਸਪੀਟਲ ਦੇ ਵਿੱਚ ਹੈ, ਹਾਂਜੀ ਹਾਂਜੀ ਤੇ ਰਾਜਪੁਰਾ ਸਿਵਲ ਜਥੇਬੰਦੀਆਂ ਦੇ ਆਗੂ ਹਾਸਪੀਟਲ, ਆ ਰਹੇ ਨੇ। ਹਾਂਜੀ ਹਾਂਜੀ ਆ ਰਹੇ ਨੇ, ਤੇ ਪਰਿਵਾਰ ਨੂੰ ਇਨਫੋਰਮ ਕਰ ਦਿੱਤਾ ਸੀ ਬੱਚੇ ਦੇ? ਹਾਂਜੀ ਹਾਂਜੀ ਪਿੰਡੋਂ ਉਹਨਾਂ ਦੇ ਸਰਪੰਚ ਸਾਹਿਬ ਵੀ ਪਹੁੰਚ ਚੁੱਕਿਆ, ਹੋਰ ਵੀ ਪਿੰਡ ਦੇ ਜਿਹੜੇ ਸੱਜਣੇ ਗਿਆ, ਇੱਕ ਦੋ NRI ਵੀਰ ਵੀ ਇੱਥੇ ਉੱਥੇ ਆਏ ਸੀਗੇ, ਉਹਨਾਂ ਨੂੰ ਪਤਾ ਲੱਗਾ ਉਹ ਤੜਕੇ ਉਹ ਵੀ ਇੱਥੇ ਪਹੁੰਚ ਗਿਆ। ਜੀ ਪਰ ਮੱਕੂ ਸਾਹਿਬ ਇੱਕ ਹੋਰ ਮੈਂ ਛੋਟੀ ਜਾਣਕਾਰੀ ਦਿੰਦਾ, ਇਹ ਮੁੰਡੇ ਦੀ ਜਿਹੜੀ ਜ਼ਿਆਦਾਤਰ ਮੌਤ ਦੀ ਵਜ੍ਹਾ ਦਾ ਕਾਰਨ ਹੈ ਪ੍ਰਸ਼ਾਸਨ ਦੀ ਅਣਗਹਿਲੀ, ਕਿਉਂਕਿ ਹਾਈਵੇ ਰੋਡ ਹੈ, ਸਰਹੰਦ ਰੋਡ ਹੈ, ਪ੍ਰਸ਼ਾਸਨ ਨੂੰ ਐਂਬੂਲੈਂਸ ਮੁਹੱਈਆ ਕਰਾਉਣੀ ਚਾਹੀਦੀ ਸੀ, ਕੋਲ ਥਾਣਾ ਲਾਗੇ ਪੈਂਦਾ, ਕੋਈ ਵੀ ਜਾਣੀ ਕਿ ਪ੍ਰਸ਼ਾਸਨ ਦਾ ਅਧਿਕਾਰੀ ਉਹਨਾਂ ਤੱਕ ਸਮੇਂ ਸਿਰ ਨਹੀਂ ਪਹੁੰਚਿਆ। ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਵਾਂ, ਜਿੱਥੇ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਿਣੀ ਹੈ ਵੀ ਉਹ ਵੀ ਸੜਕ ਦੇ ਉੱਪਰ ਧਿਆਨ ਰੱਖਣ, ਤੇ ਉੱਥੇ ਦੂਜੇ ਪਾਸੇ ਮੈਂ ਇੱਕ ਛੋਟੀ ਜਿਹੀ ਬੇਨਤੀ ਤੁਹਾਨੂੰ, ਦੇਖੋ ਤੁਸੀਂ ਕਿਸਾਨ ਆਗੂ ਹੋ, ਮੇਰਾ ਕਹਿਣਾ ਫਰਜ਼ ਬਣਦਾ, ਭਾਵਾਂ ਕਿ ਕਈ ਵਾਰੀ ਇਹ ਗੱਲਾਂ ਕਹਿਣ ਕਰਕੇ ਵੀ ਲੋਕ ਉਸੇ ਵੇਲੇ ਗਾਲਾਂ ਲੱਗ ਪੈਂਦੇ ਨੇ ਦੇਣ, ਪਰ ਮੈਨੂੰ ਲੱਗਦਾ ਵੀ ਜੇ ਗਾਲਾਂ ਖਾ ਕੇ ਵੀ ਕੋਈ ਅਕਲ ਦੀ ਗੱਲ ਕਰਨੀ ਪਵੇ ਤਾਂ ਕਰ ਲੈਣੀ ਚਾਹੀਦੀ ਹੈ। ਇੱਕ ਬੇਨਤੀ ਹੈ, ਕਿਰਪਾ ਕਰਕੇ ਮੋਰਚੇ ਦੀ ਸਟੇਜ ਤੋਂ ਅਨਾਊਂਸਮੈਂਟ ਕਰ ਦਿਓ ਵੀ ਜਿਨ੍ਹਾਂ ਨੇ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੇ ਆਉਣਾ, ਕਿਰਪਾ ਕਰਕੇ ਖੁੱਲੜਬਾਜ਼ੀਆਂ ਕਰਦੇ ਤੇ ਸੜਕਾਂ ਤੇ ਰੇਸਾਂ ਲਾਉਂਦੇ ਹੋਏ ਨਾ ਆਉਣ, ਕਿਉਂਕਿ ਪਿਛਲੇ ਦਿਨਾਂ ਵਿੱਚ ਜਦੋਂ ਕੋਈ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਨਾ ਟਰੈਕਟਰ ਭਜਾਉਂਦਿਆਂ ਦੀਆਂ, ਤੇ ਉਹ ਫਿਰ ਮੁੜ ਕੇ ਜਦੋਂ ਕਿਸੇ ਦਾ ਭਾਣਾ ਵਾਪਰ ਜਾਂਦਾ ਫਿਰ ਲੋਕਾਂ ਦੀ ਹਮਦਰਦੀ ਨਹੀਂ ਮਿਲਦੀ। ਠੀਕ ਹੈ ਜੀ ਮਗੂ ਸਾਹਿਬ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਜ਼ਰੂਰ ਕਰਵਾ ਦਿਓ ਵੀ ਖੁੱਲੜਬਾਜ਼ੀ ਕਰਦੇ ਤੇਜ਼ੀ ਨਾਲ ਆਉਣਾ ਤੇ ਮੋਰਚੇ ਵਿੱਚ ਸਵੇਰੇ ਨਾਲ ਸ਼ਾਮ ਨੂੰ ਆ ਜਾਣਗੇ ਯਾਰ, ਹੈ ਨਾ? ਠੀਕ ਹੈ, ਨਹੀਂ ਮਗੂ ਸਾਹਿਬ ਜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਇਹ ਗੱਲਾਂ ਧਿਆਨ ਰੱਖਣ ਯੋਗ ਨੇ, ਇਹ ਗੱਲਾਂ ਕਹਿਣੀਆਂ ਚਾਹੀਦੀਆਂ, ਕਹਿ ਵੀ ਰਹੇ ਬਕਾਇਦਾ, ਹਾਂਜੀ, ਤੇ ਦੁਬਾਰਾ ਤੋਂ ਫੇਰ ਮੈਸੇਜ ਲਾਵਾਂਗੇ। ਬਾਕੀ ਇਹ ਮੁੰਡੇ ਬਹੁਤ ਸ਼ਾਂਤਮਈ ਤਰੀਕੇ ਨਾਲ ਆ ਰਹੇ ਸੀ, ਇਹ ਇਕੱਲਾ ਟਰੈਕਟਰ ਸੀ, ਕੋਈ ਹੁੱਲੜਬਾਜ਼ੀ ਨਹੀਂ, ਸਿਆਣੇ ਮੁੰਡੇ ਆ, ਇਦਾਂ ਦੀ ਕੋਈ ਗੱਲ ਨਹੀਂ ਜੀ। ਬਿਲਕੁਲ ਜੀ, ਹਾਂਜੀ ਬਹੁਤ ਬਹੁਤ ਵੀਰ ਜੀ ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਜਾਣਕਾਰੀ ਮੁਹੱਈਆ ਕਰਵਾਈ ਹੈ, ਕਿਉਂਕਿ ਮੇਰੇ ਤੱਕ ਹੁਣੇ ਜਦੋਂ ਖਬਰ ਆਈ ਸੀ ਤੇ ਮੈਨੂੰ ਕਈਆਂ ਨੇ ਕਿਹਾ ਵੀ ਦੇਖੋ ਜੀ ਆਪਣੇ ਖਨੌਰੀ ਬਾਰਡਰ ਦੇ ਉੱਪਰ ਇੱਕ ਡੈਥ ਹੋਈ ਸੀ ਤੇ ਕਹਿੰਦੇ ਇੱਥੇ ਪੁਲਿਸ ਦੀ ਗੋਲੀ ਦੇ ਨਾਲ ਮੌਤ ਹੋ ਗਈ ਹੈ, ਤੇ ਮੈਂ ਕਿਹਾ ਵੀ ਇਹ ਜਾਣਕਾਰੀ ਅੱਗੇ ਤੱਕ ਜਾਈਏ ਵੀ ਇਹ ਐਕਸੀਡੈਂਟਲ ਡੈਥ ਹੈ, ਇਹ ਪੁਲਿਸ ਦੀ ਗੋਲੀ ਦੇ ਨਾਲ ਐਸਾ ਕੁਛ ਨਹੀਂ ਹੋਇਆ। ਹਾਂਜੀ 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 ਐਕਸੀਡੈਂਟ। ਬਹੁਤ ਬਹੁਤ ਸਰਦਾਰ ਜੱਸਾ ਸਿੰਘ ਜੀ ਤੁਹਾਡਾ ਧੰਨਵਾਦ, ਮੈਂ ਚਾਹਾਂਗਾ ਵੀ ਹੁਣ ਤੁਸੀਂ ਸਾਰੇ ਜਿਹੜੇ ਸੁਹਿਰਦ ਸੱਜਣ ਹੋ ਉਹ ਕਿਰਪਾ ਕਰਕੇ ਜਿੱਥੇ ਨੌਜਵਾਨ ਨੂੰ ਸਾਂਭਣਾ ਉੱਥੇ ਕਿਰਪਾ ਕਰਕੇ ਮੋਰਚੇ ਨੂੰ ਵੀ ਸਾਂਭੋ ਵੀ ਕਿਸੇ ਤਰੀਕੇ ਕੋਈ ਹੁੱਲੜਬਾਜ਼ੀ ਨਾ ਹੋਵੇ ਤੇ ਕੋਈ ਸਾਡੇ ਵੱਲੋਂ ਵਧੀਕੀ ਨਾ ਹੋਵੇ। ਠੀਕ ਹੈ ਜੀ, ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।